ਸਾਰੇ ਹੀ ਦੇਸ਼ ਵਾਸੀਆਂ ਨੂੰ ਅੱਜ ਮੈਂ ਹੋਲੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਨਾਲ ਹੀ ਪੰਜਾਬ ਦੇ ਵਿੱਚ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਜਾ ਰਹੀ ਹੈ ਔਰ ਪੰਜਾਬ ਵਾਸੀਆਂ ਦਾ ਜਿਨ੍ਹਾਂ ਨੇ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਬਹੁਤ ਹੀ ਵੱਡੀ ਲੀਡ ਦੇ ਨਾਲ ਜਿਤਾਇਆ ਉਹਨਾਂ ਦੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਨਾਲ ਵਧਾਈਆਂ ਦਿੰਦਾ ਕੈਪਟਨ ਸਾਹਿਬ ਨੂੰ ਅਤੇ ਸਾਰੇ ਹੀ ਜਿੰਨੇ ਵੀ ਸਾਡੇ MLA ਸਾਹਿਬ ਜਿੱਤੇ ਨੇ ਉਹਨਾਂ ਨੂੰ ਅਤੇ ਸਾਡੇ ਜਿੰਨੇ ਵੀ ਵਰਕਰ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਸਾਡੀ ਸਰਕਾਰ ਆ ਜੋ ਕਿ ਪਿੱਛੇ ਅਸੀਂ ਦੇਖਿਆ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜੰਗਲ ਰਾਜ ਹੋਇਆ ਕਿਸੇ ਦੀ ਵੀ ਧੀ ਭੈਣ ਸੇਫ ਨਹੀਂ ਸੀਗੀ ਜਥੇਦਾਰ ਸੀ ਜਿਹੜੇ ਉਹ ਥਾਣਿਆਂ ਨੂੰ ਚਲਾ ਰਹੇ ਸੀਗੇ ਕੋਈ SHO ਦਾ ਰੋਲ ਨਹੀਂ ਸੀ ਥਾਣਿਆਂ ਦੇ ਵਿੱਚ ਸਾਰੇ ਹੀ ਜਥੇਦਾਰ ਜੋ ਵੀ ਜਥੇਦਾਰ ਕਹਿੰਦੇ ਸੀਗੇ ਉਹੀ ਹੁੰਦਾ ਸੀਗਾ ਔਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਆ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਜੋ ਕਿ ਸ਼ਾਸਨ ਪ੍ਰਸ਼ਾਸਨ ਆ ਉਹ ਦਿੱਤਾ ਜਾਊਗਾ ਲੋਕਾਂ ਲਈ ਔਰ ਮੈਂ ਜ਼ਿਆਦਾ ਨਾ ਕਹਾਂ ਫਿਰ ਮੈਂ ਦੁਬਾਰੋਂ ਫਿਰ ਹੀ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਤੇ ਭਾਰਤ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਅਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਅਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।